ਕਰਦੀ ਹੈ ਇੱਕ ਦਿਨ ਦੇ ਵਿੱਚ 300 ਫਾਈਲਾਂ। ਕੈਨੇਡਾ ਸਟੱਡੀ ਵੀਜ਼ਾ ਲਈ ਇੱਕ ਦਿਨ 'ਚ 300 ਸਟੂਡੈਂਟਸ ਨੇ ਜਿਤਾਇਆ ਭਰੋਸਾ। ਇੱਕ ਦਿਖਾਵਾ ਹੈ ਕੀ ਹੈ, ਕਿਉਂਕਿ ਸੋਸ਼ਲ ਮੀਡੀਆ 'ਤੇ ਪਿਛਲੇ 2 ਦਿਨ ਤੋਂ ਬੜੀ ਤੇਜ਼ੀ ਨਾਲ ਇਹ ਚੀਜ਼ ਵਾਇਰਲ ਹੋ ਰਹੀ ਸੀ। ਮੈਂ ਤਾਂ ਹੀ ਮਲੇਰਕੋਟਲਾ ਆਇਆ ਕਿ ਆਖਰਕਾਰ ਦੇਖਾਂ ਕਿ ਕੀ ਵੀਜ਼ਾ ਮਸ਼ੀਨ ਹੈ ਕਿ ਜਿਹੜੀ 300 ਫਾਈਲਾਂ ਇੱਕ ਦਿਨ 'ਚ ਲੋਕ ਹੋ ਰਹੀ ਹੈ। ਪੰਜਾਬ ਦੇ ਛੋਟੇ ਜਿਹੇ ਸ਼ਹਿਰ ਮਲੇਰਕੋਟਲਾ ਦਾ ਸਟੱਡੀ ਵੀਜ਼ਾ ਐਕਸਪਰਟ ਬਣ ਗਿਆ ਵੀਜ਼ਾ ਮਸ਼ੀਨ। ਮੈਡੀਕਲ ਫੀਸ ਵੀ ਇਹ ਦੇ ਰਹੇ ਨੇ। ਮੈਨੂੰ ਦੱਸੋ, ਇਹ ਗਾਹਕ ਨੂੰ ਖਿੱਚਣ ਦਾ ਫਾਰਮੂਲਾ ਵਾ, ਮੁੜ ਕੇ ਆ ਕੇ ਜਿੱਦਾਂ ਬਾਕੀ ਆਵਾਂਗਣ ਜੀ 50,000 ਦੇ ਦਿਓ ਜੀ, ਲੱਖ ਦੇ ਦਿਓ ਜੀ, ਉਹ ਕੀਮਤ ਨਹੀਂ ਕਰੀ ਜਾਂਦੇ। ਵੀਜ਼ਾ ਮਸ਼ੀਨ ਦੇ ਨਾਮ ਤੋਂ ਮਸ਼ਹੂਰ ਮਲੇਰਕੋਟਲਾ ਦੀ ਇਹ ਕੰਪਨੀ ਦੀ ਟਰੈਕਰ, ਇਸ ਦਾ ਵੱਡਾ ਦਾਅਵਾ ਕਿ ਵੀਜ਼ਾ ਅਪਲਾਈ ਕਰੋ, ਕੋਈ ਵੀ ਪੈਸਾ ਵੀਜ਼ੇ ਆਉਣ ਤੋਂ ਪਹਿਲਾਂ ਨਹੀਂ ਲਿੱਤਾ ਜਾਏਗਾ। ਇਹੀ ਨਹੀਂ, ਤੁਹਾਡੇ ਮੈਡੀਕਲ ਦੀ ਫੀਸ ਵੀ ਇਹ ਦੇਣਗੇ ਅਤੇ ਤੁਹਾਡੀ ਅੰਬੈਸੀ ਦੀ ਫੀਸ ਵੀ ਇਹ ਦੇਣਗੇ। ਆਖਿਰਕਾਰ ਕੀ ਹੈ ਵੱਡੀ ਔਫਰ, ਆਓ ਤੁਹਾਨੂੰ ਵਿਖਾਉਂਦੇ ਹਾਂ। ਦੈਨਿਕ ਪੇਲ ਪੰਜਾਬੀ ਟੀਵੀ ਦੇ ਲਈ ਮਲੇਰਕੋਟਲਾ ਤੋਂ ਇਹ ਵਿਸ਼ੇਸ਼ ਰਿਪੋਰਟ। ਮੈਂ ਨਿਖਿਲ ਸ਼ਰਮਾ, ਦੈਨਿਕ ਪੇਲ ਪੰਜਾਬੀ ਟੀਵੀ 'ਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦਾ। ਅੱਜ ਮੈਂ ਪਹੁੰਚਿਆ ਐਸੀ ਥਾਂ 'ਤੇ, ਇਮੀਗ੍ਰੇਸ਼ਨ ਇੰਡਸਟਰੀ ਇਸ ਥਾਂ ਨੂੰ ਵੀਜ਼ਾ ਮਸ਼ੀਨ ਦੇ ਨਾਮ ਤੋਂ ਜਾਣਦੀ ਆ। ਔਰ ਖਾਸ ਗੱਲ ਹੈ ਕਿ ਇਸ ਟਾਈਮ ਮੈਂ ਪੰਜਾਬ ਦੇ ਬਹੁਤ ਛੋਟੇ ਜਿਹੇ ਸ਼ਹਿਰ ਮਲੇਰਕੋਟਲੇ ਦੇ ਵਿੱਚ ਖੜ੍ਹਾ ਵਾਂ। ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਇਮੀਗ੍ਰੇਸ਼ਨ ਇੰਡਸਟਰੀ ਨੂੰ ਨਾ ਸਿਰਫ ਸਟੈਬਲਿਸ਼ ਕੀਤਾ ਬਲਕਿ ਵੀਜ਼ਾ ਮਸ਼ੀਨ ਦੇ ਨਾਮ ਤੋਂ ਆਪਣੇ ਬ੍ਰਾਂਡ ਨੂੰ ਮਸ਼ਹੂਰ ਕੀਤਾ। ਔਰ ਇਹ ਵੀਜ਼ਾ ਮਸ਼ੀਨ ਸਿਰਫ ਨਾਮ ਹੀ ਨਹੀਂ ਹੈ, ਇਹਨਾਂ ਦਾ ਕੰਮ ਹੈ ਸਾਬਤ ਕਰਦਾ ਕਿ ਇਹ ਵਾਕਈ ਵੀਜ਼ਾ ਮਸ਼ੀਨ ਨੇ। ਮੈਂ ਇਸ ਵੇਲੇ ਪਹੁੰਚਿਆ ਜੀ, ਮੈਂ ਦਿਖਾਉਂਦਾ ਜੀ, ਦੀ ਟਰੈਕਰ ਕੰਪਨੀ ਹੈ ਜੀ, ਉਹਨਾਂ ਦੀ ਟੈਗਲਾਈਨ ਹੀ ਹੈ ਵੀਜ਼ਾ ਮਸ਼ੀਨ। ਸੋ ਇਹ ਟੈਗਲਾਈਨ ਵੀਜ਼ਾ ਮਸ਼ੀਨ ਕਿਉਂ ਬਣੀ ਆ ਉਹ ਵੀ ਤੁਹਾਨੂੰ ਦਿਖਾਉਂਦਾ ਵਾਂ। ਇਹ ਫਾਈਲਾਂ ਦੇਖੋ ਇਸ ਟੇਬਲ ਦੇ ਉੱਤੇ ਪਈਆਂ, ਇਹ ਫਾਈਲਾਂ ਇੱਕ ਦਿਨ ਦੀਆਂ ਫਾਈਲਾਂ, ਯਾਨੀ ਕਿ ਇੱਕ ਦਿਨ ਦੇ ਵਿੱਚ 300 ਬੱਚਾ ਇਹਨਾਂ ਦੇ ਉੱਤੇ ਭਰੋਸਾ ਜਿਤਾਉਂਦਾ। ਇੱਕ ਦਿਨ 'ਚ 300 ਫਾਈਲਾਂ ਇਹ ਲੋਕ ਹੋਣ ਜਾ ਰਹੀਆਂ ਜਿਹੜੀਆਂ ਕੈਨੇਡਾ ਵੀਜ਼ਾ ਵਾਸਤੇ ਅਪਲਾਈ ਹੋਣਗੀਆਂ, ਸਟੱਡੀ ਵੀਜ਼ਾ ਵਾਸਤੇ। ਸੋ ਆਖਿਰਕਾਰ ਇੱਕ ਦਿਨ ਦੇ ਵਿੱਚ ਇੰਨੀ ਭਾਰੀ ਸੰਖਿਆ ਦੇ ਵਿੱਚ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਇਮੀਗ੍ਰੇਸ਼ਨ ਇੰਡਸਟਰੀ ਹੈ, ਪਰ ਫਿਰ ਵੀ ਇੱਕ ਛੋਟੇ ਜਿਹੇ ਸ਼ਹਿਰ 'ਚ ਆ ਕੇ ਇਹੋ ਜਿਹੀ ਕੀ ਗੱਲ ਹੈ ਕਿ ਲੋਕ ਇਹਨਾਂ ਨੂੰ ਵੀਜ਼ਾ ਮਸ਼ੀਨ ਦੇ ਨਾਮ ਤੋਂ ਜਾਣਨ ਲੱਗ ਪਏ। ਸੋ ਮੈਂ ਪਹੁੰਚਿਆ ਦੀ ਟਰੈਕਰ, ਅਤੇ ਉਹਨਾਂ ਦੇ ਮਾਲਕ ਜਿਹੜੇ ਹੈਗੇ ਨੇ ਅਚਿੰਤ ਗੋਇਲ, ਵੀਜ਼ਾ ਐਕਸਪਰਟ, ਸਟੱਡੀ ਵੀਜ਼ਾ ਦੇ ਐਕਸਪਰਟ ਨੇ, ਉਹ ਮੇਰੇ ਨਾਲ ਮੌਜੂਦ ਨੇ, ਉਹਨਾਂ ਕੋਲੋਂ ਜਾਣਾਂਗੇ ਜੀ। ਬਹੁਤ ਬਹੁਤ ਸਵਾਗਤ ਹੈ ਜੀ ਅਚਿੰਤ ਜੀ ਤੁਹਾਡਾ। ਹਾਂਜੀ, ਦੈਨਿਕ ਮੇਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਅਚਿੰਤ ਗੋਇਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਚਿੰਤ ਜੀ, ਇਮੀਗ੍ਰੇਸ਼ਨ ਦੀ ਇੰਡਸਟਰੀ ਦੇ ਵਿੱਚ ਮੈਂ ਕਾਫੀ ਖਬਰਾਂ ਕਵਰ ਕਰਦਾ, ਪਰ ਇਹ ਕੀ ਹੈ ਇੱਕ ਦਿਨ ਦੇ ਵਿੱਚ 300 ਫਾਈਲਾਂ, ਇਹ ਦਿਖਾਵਾ ਹੈ ਕੀ ਹੈ, ਕਿਉਂਕਿ ਸੋਸ਼ਲ ਮੀਡੀਆ 'ਤੇ ਪਿਛਲੇ 2 ਦਿਨ ਤੋਂ ਬੜੀ ਤੇਜ਼ੀ ਨਾਲ ਇਹ ਚੀਜ਼ ਵਾਇਰਲ ਹੋ ਰਹੀ ਸੀ। ਮੈਂ ਤਾਂ ਹੀ ਮਲੇਰਕੋਟਲਾ ਆਇਆ ਕਿ ਆਖਿਰਕਾਰ ਦੇਖਾਂ ਕਿ ਕੀ ਵੀਜ਼ਾ ਮਸ਼ੀਨ ਹੈ ਕਿ ਜਿਹੜੀ 300 ਫਾਈਲਾਂ ਇੱਕ ਦਿਨ 'ਚ ਲੋਕ ਹੋ ਰਹੀ ਹੈ। ਇਹ ਲੋਕਾਂ ਦਾ ਪਿਆਰ ਹੈ ਜੀ, ਜਿਹੜਾ ਅਸੀਂ 2007 ਤੋਂ ਮੈਂ ਦੀ ਟਰੈਕਰ ਸਟਾਰਟ ਕੀਤਾ ਸੀ, ਇਹ 13 ਸਾਲ ਹੋ ਗਏ ਸਾਨੂੰ ਇਸ ਕੰਮ ਦੇ ਵਿੱਚ, ਸਾਨੂੰ ਰਿਜ਼ਲਟ ਪ੍ਰੋਡਿਊਸ ਕਰਦੇ ਹੋਏ। ਇੱਕ ਲੋਕਾਂ ਦਾ ਪਿਆਰ ਹੈ ਜੀ, ਹੋਰ ਕੁਛ ਨਹੀਂ ਹੈ, ਕਿਉਂਕਿ ਜਦੋਂ ਇੱਕ ਤੁਸੀਂ ਛੋਟੇ ਸ਼ਹਿਰ ਦੇ ਵਿੱਚ ਬਹਿੰਦੇ ਹੋ, ਲਾਈਕ ਮਲੇਰਕੋਟਲਾ ਇੱਕ ਛੋਟੀ ਜਿਹੀ ਸਿਟੀ ਹੈ ਅਤੇ ਪੰਜਾਬ ਇੱਕ ਬਹੁਤ ਵੱਡਾ ਜਿਹੜੀ ਸਟੇਟ ਹੈ, ਜਿੱਥੇ ਕਿ ਆਪਾਂ ਕਹਿ ਦਈਏ ਚੰਡੀਗੜ੍ਹ ਜਾਂ ਮੋਹਾਲੀ ਜਾਂ ਜਲੰਧਰ ਇੱਕ ਹੱਬ ਮੰਨਿਆ ਜਾਂਦਾ ਇਮੀਗ੍ਰੇਸ਼ਨ ਇੰਡਸਟਰੀ ਦਾ, ਬਟ ਅਸੀਂ ਮਲੇਰਕੋਟਲਾ ਦੇ ਵਿੱਚ ਬਹਿ ਕੇ ਬਹੁਤ ਵਧੀਆ ਕੰਮ ਕਰ ਰਹੇ ਹਾਂ। ਉਹਦਾ ਇੱਕੋ ਇੱਕ ਕਾਰਨ ਇਹ ਹੈ ਜੀ ਕਿ ਲੋਕਾਂ ਦਾ ਸਾਡੇ ਨਾਲ ਜਿਹੜਾ ਵਿਸ਼ਵਾਸ ਜੁੜਿਆ ਹੋਇਆ, ਅਤੇ ਆਈ ਅਸ਼ੋਰ ਕਿ ਮੈਂ ਉਹ ਵਿਸ਼ਵਾਸ ਕਦੇ ਵੀ ਨਹੀਂ ਟੁੱਟਣ ਦੇਣਾ। ਚਿੰਤ ਜੀ, ਵਿਸ਼ਵਾਸ ਦੀ ਗੱਲ ਹੈ, ਇੱਕ ਜਿਹੜੀ ਹੈਗੀ ਹੈ, ਮੈਂ ਦੇਖਿਆ ਕਿ ਤੁਸੀਂ ਜ਼ਿਆਦਾਤਰ ਐਡ ਵਗੈਰਾ ਵੀ ਇਹਨਾਂ ਦੀਆਂ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦੀਆਂ। ਸੋ ਮੈਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਚੀਜ਼ ਦੇਖੀ ਸੀ ਜੀ, ਕੀ ਹੈ, ਕਹਿੰਦੇ ਜੀ ਮੇਰੇ ਕੋਲ ਆਓ, ਵੀਜ਼ਾ ਅਪਲਾਈ ਕਰਾਓ, ਸਭ ਕੁਛ, ਇੱਥੋਂ ਤੱਕ ਕਿ ਅੰਬੈਸੀ ਫੀਸ, ਤੁਹਾਡੀ ਜਿਹੜੀ ਜੋ ਵੀ ਤੁਹਾਡੇ ਫੀਸ ਤੋਂ, ਮੈਡੀਕਲ ਫੀਸ ਵੀ ਇਹ ਦੇ ਰਹੇ ਨੇ। ਮੈਨੂੰ ਦੱਸੋ, ਇਹ ਗਾਹਕ ਨੂੰ ਖਿੱਚਣ ਦਾ ਫਾਰਮੂਲਾ ਵਾ, ਮੁੜ ਕੇ ਆ ਕੇ ਜਿੱਦਾਂ ਬਾਕੀ ਆਵਾਂਗਣ ਜੀ 50,000 ਦੇ ਦਿਓ ਜੀ, ਲੱਖ ਦੇ ਦਿਓ ਜੀ, ਉਹ ਕੀਮਤ ਨਹੀਂ ਕਰੀ ਜਾਂਦੇ। ਪਤਾ 2 ਸਾਲ ਪਹਿਲਾਂ ਵੀ ਵਿਦਆਊਟ ਐਸ ਬਹੁਤ ਚੱਲਿਆ ਸੀਗਾ, ਉਦੋਂ ਵੀ ਅਸੀਂ 150-200 ਵੀਜ਼ੇ ਲਏ ਸੀਗੇ, ਉਦੋਂ ਵੀ ਲੋਕਾਂ ਨੂੰ ਇੱਦਾਂ ਲੱਗਦਾ ਸੀ ਕਿ ਸਿਰਫ ਵਿਦਆਊਟ ਐਸ ਵੀਜ਼ਾ ਨਹੀਂ ਲੱਗਦਾ, ਹੈ ਨਾ। ਸੋ ਹੁਣ ਵੀ ਕਰੋਨਾ ਕਰਕੇ ਦੇਖੋ, ਹਰ ਗੌਰਮੈਂਟ ਨੂੰ ਕਿਤੇ ਨਾ ਕਿਤੇ ਇਕੋਨਮੀ ਹਾਰਮ ਹੋਈ ਹੈ, ਉਹਨਾਂ ਦੀ ਡਾਊਨ ਹੋਈ ਹੈ। ਸੋ ਉਹਨਾਂ ਨੇ ਇਹ ਚੀਜ਼, ਇਹ ਅਸੀਂ ਨਹੀਂ ਚਲਾਈ, ਇਹ ਉਹਨਾਂ ਨੇ ਉੱਥੋਂ ਕਾਲਜ ਯੂਨੀਵਰਸਿਟੀਆਂ ਨੇ ਚਲਾਈ ਹੈ ਵਿਦਆਊਟ ਐਸ। ਸੋ ਅਸੀਂ ਉੱਦਾਂ ਕਰ ਰਹੇ ਹਾਂ ਜੀ। ਮੈਂ ਪਹਿਲਾਂ ਵੀ ਫੇਸਬੁੱਕ ਲਾਈਵ 'ਤੇ ਵੀ ਆਇਆ ਸੀ ਮੈਂ, ਅਤੇ ਆਹ ਰਾਤ ਸਾਡੀਆਂ 10 ਅਪਰੂਵਲਾਂ ਵੀ ਆਈਆਂ ਜੀ। ਇਹ AIP ਨਹੀਂ ਹੈ ਜੀ, ਇਹ ਪਾਸਪੋਰਟ ਰਿਕੁਐਸਟ ਲੈਟਰ ਹੈ ਜੀ, 10 ਬੱਚਿਆਂ ਦਾ ਆਇਆ ਜੀ। ਅਤੇ ਸਿਰਫ ਇਹ ਜਸਟ ਹੁਣ ਅਸੀਂ ਪਾਸਪੋਰਟ ਜਮ੍ਹਾਂ ਕਰਨਾ, ਇਹਨਾਂ ਦਾ ਵੀਜ਼ਾ ਲੈਣਾ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਇਹਨਾਂ ਨੂੰ ਕੰਗਰੈਚੁਲੇਟ ਵੀ ਕਰਨਾ ਚਾਹੁੰਦਾ ਸਾਰੇ ਬੱਚਿਆਂ ਨੂੰ। ਕਮਲਜੀਤ ਕੌਰ ਹੈ ਜੀ ਬੱਚੇ ਦਾ ਨਾਮ, ਨਵਦੀਪ ਸਿੰਘ, ਹਰਜੋਤ ਕੌਰ, ਹਰਦੀਪ ਸਿੰਘ, ਗੁਰਕਮਲ, ਗੁਰਪ੍ਰੀਤ ਸਿੰਘ, ਸੰਦੀਪ ਕੌਰ, ਹਰਕੀਰਤ ਸਿੰਘ, ਦੀਪਕ ਸ਼ਰਮਾ ਐਂਡ ਗੌਤਮਗੜ੍ਹ।
ਇਹ ਸਾਰੇ ਬੱਚੇ ਆ ਜੀ, ਮੈਂ ਇਹਨਾਂ ਨੂੰ ਵੀ ਕੰਗਰੈਚੁਲੇਟ ਕਰਨਾ ਚਾਹੁੰਦਾ ਇਹਨਾਂ ਨੂੰ ਤੇ ਇਹਨਾਂ ਦੀ ਫੈਮਿਲੀ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ। ਸੋ ਇੱਕ ਅਸੀਂ ਜੀ ਜੋ ਵੀ ਅਸੀਂ ਵਾਅਦਾ ਕਰਦੇ ਹਾਂ ਅਸੀਂ ਉਹ ਪ੍ਰੂਵ ਕਰਦੇ ਹਾਂ। ਜੋ ਸਾਡੇ ਪ੍ਰੋਡਕਟ ਦੀ ਮੇਨ ਖਾਸੀਅਤ ਇਹ ਹੈ ਜੀ ਕਿ ਅਸੀਂ ਇੱਕ ਪੈਸਾ ਵੀ ਬੱਚੇ ਤੋਂ ਐਡਵਾਂਸ 'ਚ ਨਹੀਂ ਲੈਂਦੇ, ਕਿਉਂਕਿ ਬਹੁਤ ਸਾਰੇ ਜਿਹੜੇ ਏਜੰਟ ਹੈਗੇ ਆ ਜਿਹੜੇ ਹੋਰ ਵੱਡੇ ਸ਼ਹਿਰਾਂ 'ਚ ਬੈਠੇ ਆ ਉਹ 10,000 20,000 25,000 ਰੁਪਏ ਐਡਵਾਂਸ ਲੈਂਦੇ ਆ, ਬੱਚਿਆਂ ਨੂੰ ਇੱਕ ਸੁਪਨੇ ਦਿਖਾਉਂਦੇ ਆ, ਹਰੇ ਵਾਈ ਦਿਖਾਉਂਦੇ ਆ, ਬਟ ਸਾਡਾ ਇੱਦਾਂ ਕੋਈ ਨਹੀਂ ਜੀ, ਅਸੀਂ ਸਾਡੀ ਸਾਰੀ ਫੀਸ ਆਪ। ਚਲੋ ਭਾਈ, ਵੀਜ਼ੇ ਤਾਂ ਇਹਨਾਂ ਨੇ ਦਿਖਾ ਤੇ ਜੀ, ਇੱਕ ਚੀਜ਼ ਤੁਸੀਂ ਦਿਖਾਣੀ ਭੁੱਲ ਗਏ, ਉਹ ਛੜੀ ਕੱਢੋ ਜਾਦੂ ਵਾਲੀ ਜਿਹਦੇ ਨਾਲ ਤੁਸੀਂ ਆਹ ਕੁਛ ਕਰੀ ਜਾਂਦੇ। ਲੋਕਾਂ ਨੂੰ AIP ਰਿਕੁਐਸਟਾਂ ਨਹੀਂ ਆਉਂਦੀਆਂ ਵੀ ਆ, ਤੁਸੀਂ ਸਿੱਧਾ ਸਿੱਧਾ ਪਾਸਪੋਰਟ ਰਿਕੁਐਸਟ ਆ ਰਹੀ ਤੁਹਾਡੀ, ਆ ਕੀ ਚੱਕਰ? ਇਹ ਜਾਦੂ ਦੀ ਛੜੀ ਨਹੀਂ ਹੈ ਜੀ ਕੋਈ ਵੀ, ਇਹ ਇੱਕ ਲਾਈਕ ਵਿਸ਼ਵਾਸ ਹੈ ਲੋਕਾਂ ਦਾ ਜੀ ਸਾਡਾ, ਜਿਹੜਾ ਜਿਹਨਾਂ ਉਹਨਾਂ ਨੇ ਭਰੋਸਾ ਜਿਤਾ ਰਹੇ ਆ ਸਾਡੇ ਤੋਂ, ਅਤੇ ਹੁਣ ਮੈਨੂੰ ਲੱਗਦਾ ਹੋਰ ਏਜੰਟਾਂ ਦੇ ਵੀ ਸਿੱਧਾ AIP ਤੋਂ ਬਿਨਾਂ ਡਾਇਰੈਕਟ ਪਾਸਪੋਰਟ ਰਿਕੁਐਸਟ ਹੋਣੀ ਸਟਾਰਟ ਹੋ ਗਈ ਹੈ। ਅਤੇ ਹੋਪਫੁਲੀ ਇਹ ਇਕੱਲੀ ਜਾਦੂ ਦੀ ਛੜੀ ਸਾਡੇ ਕੋਲ ਨਹੀਂ ਜੀ, ਹੈ ਸਾਰਿਆਂ ਕੋਲ ਆ, ਬਟ ਕੋਈ ਇਹ ਛੜੀ ਨਾਲ ਗਲਤ ਫਾਇਦਾ ਲੈਂਦਾ ਜੀ, ਅਸੀਂ ਸਹੀ ਫਾਇਦਾ ਲੈਂਦੇ ਹਾਂ, ਫਰਕ ਨਹੀਂ। ਅਚਿੰਤ ਜੀ, ਦੂਸਰਾ ਜਿਹੜਾ ਮੇਰਾ ਸਵਾਲ ਹੈ ਵਿਦਆਊਟ ਆਇਲਟਸ ਦੀ, ਤਾਂ ਤੁਸੀਂ ਜਾਣਕਾਰੀ ਦੇ ਦਿੱਤੀ ਕਿ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਵਿਦਆਊਟ ਆਇਲਟਸ ਉਹ ਦਾਅਵਾ ਕਰ ਰਹੇ ਨੇ ਕਿ ਵਿਦਆਊਟ ਆਇਲਟਸ ਤੋਂ ਵੀਜ਼ਾ, ਔਰ ਉਹਨਾਂ ਨੇ ਵੀਜ਼ੇ ਵੀ ਦਿਖਾਤੇ ਕਿ ਵੀਜ਼ੇ ਆਉਣੇ ਵੀ ਸ਼ੁਰੂ ਹੋ ਗਏ ਨੇ। ਪਰ ਇੱਕ ਸਭ ਤੋਂ ਵੱਡਾ ਸਵਾਲ ਜ਼ੀਰੋ ਫੀਸ ਵਾਲੀ ਗੱਲ 'ਤੇ ਆਉਂਦਾ ਵਾ, ਕਿਉਂਕਿ ਮੈਂ ਚਾਹੁੰਦਾ ਵਾ ਚੀਜ਼ ਮੇਰੇ ਕੈਮਰੇ ਅੱਗੇ ਤੁਸੀਂ ਬੋਲੋ ਤਾਂ ਕਿ ਬਾਅਦ ਵਿੱਚ ਇਹ ਨਾ ਹੋਵੇ, ਕਿਉਂਕਿ ਦੇਖੋ ਦਰਸ਼ਕੋ ਜਿਹੜੇ ਵੀ ਮੇਰੇ ਦਰਸ਼ਕ, ਮੇਰਾ ਕੰਮ ਹੈ ਆਪਣੇ ਦਰਸ਼ਕਾਂ ਦਾ ਫਾਇਦਾ ਕਰਾਉਣਾ। ਜੇ ਤੁਸੀਂ ਇਹਨਾਂ ਦੇ ਦਫ਼ਤਰ 'ਚ ਆਓ ਹੈ, ਤੁਹਾਡੇ ਕੋਲ ਕੋਈ ਪ੍ਰੋਸੈਸਿੰਗ ਫੀਸ ਮੰਗਣ ਅਤੇ ਸਾਨੂੰ ਜਾਣਕਾਰੀ ਦੇਣੀ ਹੈ, ਫਿਰ ਆਪਾਂ ਆਵਾਂਗੇ ਇਹਨਾਂ ਦੇ ਹੀ ਦਫ਼ਤਰ ਆਵਾਂਗੇ, ਫਿਰ ਆਪਾਂ ਆਪਣੇ ਤਰੀਕੇ ਨਾਲ ਦੂਜੀ ਇੰਟਰਵਿਊ ਕਰਾਂਗੇ, ਕਿਉਂਕਿ ਆਪਾਂ ਕਹੀ ਹੋਈ ਗੱਲ 'ਤੇ ਵਿਸ਼ਵਾਸ ਨਹੀਂ ਕਰਨਾ, ਲਿਖੀ ਹੋਈ ਗੱਲ 'ਤੇ ਵਿਸ਼ਵਾਸ ਕਰਨਾ। ਕੀ ਇਹ ਗੱਲ ਸਹੀ ਹੈ, ਤੁਸੀਂ ਕੋਈ ਪ੍ਰੋਸੈਸਿੰਗ ਫੀਸ ਨਹੀਂ ਲੈ ਰਹੇ? ਮੈਨੂੰ 13 ਸਾਲ ਹੋ ਗਏ ਜੀ ਕੈਨੇਡਾ ਸਟੱਡੀ ਵੀਜ਼ਾ ਦਾ ਕੰਮ ਕਰਦੇ। ਕੋਈ ਵੀ ਕੈਨੇਡਾ ਦਾ ਬੱਚਾ ਜਿਹੜਾ ਅੱਜ ਤੱਕ ਬਾਹਰ ਵੀ ਮੇਰੀ ਵੀਡੀਓ ਦੇਖ ਰਿਹਾ ਹੋਊਗਾ, ਜੋ ਪਹੁੰਚਿਆ ਹੋਇਆ ਬਾਹਰ, ਜਾਂ ਜਿਨ੍ਹਾਂ ਦੀਆਂ ਫਾਈਲ ਅੰਡਰ ਪ੍ਰੋਸੈਸ ਹੈ, ਕੋਈ ਇੱਕ ਸਟੂਡੈਂਟ ਇਹ ਪ੍ਰੂਵ ਕਰਦੇ ਕਿ ਅਚਿੰਤ ਸਰ ਨੇ ਸਾਡੇ ਤੋਂ 100 ਰੁਪਏ ਵੀ ਐਡਵਾਂਸ ਲਿਆ, ਕਿਉਂਕਿ ਸਾਡੀ ਐਡਵਾਂਸ ਫੀਸ ਹੈ ਹੀ ਨਹੀਂ ਕੋਈ, ਪਹਿਲੇ ਦਿਨੋਂ ਹੀ ਨਹੀਂ। ਇਹ ਤਾਂ ਚਾਹੇ ਵਿਦਆਊਟ ਆਇਲਸ, ਅਸੀਂ ਵਿਦ ਆਇਲਸ ਵੀ ਕੋਈ ਪਹਿਲਾਂ ਐਡਵਾਂਸ ਫੀਸ ਨਹੀਂ ਲੈਂਦੇ, ਕਿਉਂਕਿ ਜਿਹੜੀ ਸਾਡੀ ਸੋਚ ਇਹ ਹੈ ਕਿ ਲੋਕਾਂ ਦੀ ਬਹੁਤ ਇੱਕ ਹਾਰਡ ਅਰਨ ਮਨੀ ਹੁੰਦੀ ਹੈ ਫੈਮਿਲੀ ਦੀ, ਕਿਉਂਕਿ ਮੈਂ ਵੀ ਇੱਕ ਗਰੀਬ ਫੈਮਿਲੀ ਤੋਂ ਹੀ ਉੱਠਿਆ ਹੋਇਆ, ਕਿਉਂਕਿ ਜਿਹੜੀ ਬੱਚਿਆਂ ਦੀ ਇਹ ਕਮਾਈ ਹੈ ਜਾਇਆ ਜਾਂਦੀ ਹੈ, ਕਿਉਂਕਿ 20-30 ਹਜ਼ਾਰ ਦੇ ਲਾਲਚ ਨਾਲ ਹਰ ਏਜੰਟ ਉਹਨਾਂ ਨੂੰ ਫਸਾਉਣਾ ਚਾਹੁੰਦਾ, ਚਾਹੇ ਉਹ ਬੱਚਾ ਵਿਦਆਊਟ ਆਇਲਸ ਹੈ, ਚਾਹੇ ਉਹਨਾਂ ਦਾ 20 ਸਾਲ ਦਾ ਗੈਪ ਹੈ, ਕੁਛ ਵੀ ਹੈ, ਲੇਕਿਨ ਇੱਕ ਜਾਇਜ਼ ਤਰੀਕੇ ਨਾਲ, ਇੱਕ ਤੁਹਾਡਾ ਜੈਨੂਨ ਤਰੀਕੇ ਨਾਲ, ਜੇ ਤੁਹਾਡਾ ਸਟੱਡੀ ਦੇ ਵਿੱਚੋਂ ਗੈਪ ਹੈ, ਤੁਹਾਡੇ ਲੋਅ ਮਾਰਕਸ ਹੈ, ਤੁਹਾਡਾ 1-2-3 ਬੈਂਡ ਹੈ, ਜਾਂ ਤੁਸੀਂ ਵਿਦਆਊਟ ਆਇਲਸ ਹੋ, ਈਵਨ ਤੁਹਾਡੀ ਜੇ ਕੋਈ ਰਿਫਿਊਜ਼ਲ ਵੀ ਲੱਗੀ ਹੋਈ ਹੈ, ਤਾਂ ਵੀ ਮੈਂ ਇਹ ਸ਼ੋਰ ਕਰਦਾ ਕਿ ਮੈਂ ਤੁਹਾਡਾ ਵੀਜ਼ਾ ਲੈ ਕੇ ਦਊਂਗਾ, ਸਾਰਾ ਨੁਕਸਾਨ ਮੇਰਾ, ਤੁਹਾਡਾ ਕੋਈ ਨੁਕਸਾਨ ਨਹੀਂ। ਚਲੋ, ਇਹ ਤਾਂ ਗੱਲ ਹੋ ਗਈ ਜੀ ਪੈਸਿਆਂ ਦੀ ਗੱਲ ਹੋ ਗਈ, ਹਜੇ ਹੋਰ ਵੀ ਗੱਲਾਂ ਤੁਹਾਡੇ ਫਾਇਦੇ ਦੀਆਂ ਬਹੁਤ ਕਰਨ ਵਾਲੀਆਂ ਨੇ। ਇੱਕ ਤਾਂ ਪੈਸਾ ਕੋਈ ਨਹੀਂ, ਜੋ ਇਹ ਦਾਅਵਾ ਕਰਦੇ ਨੇ ਵਿਦਆਊਟ ਐਨੀ ਪੈਨੀ, ਸਿੰਗਲ ਪੈਨੀ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ। ਦੂਸਰੀ ਗੱਲ ਹੈਗੀ ਹੈ ਕਿ ਜੇ ਕਿਤੇ ਤੁਹਾਡਾ ਕੋਈ ਗੈਪ ਹੈ, ਗੈਪ ਦੀ ਵੀ ਕੋਈ ਜੀ ਔਫਰ ਹੈਗੀ ਜਿਹਦੇ ਵਿੱਚ ਦੇਖੋ 5-7 ਸਾਲ ਤੱਕ ਦਾ ਗੈਪ ਅਸੀਂ ਐਕਸੈਪਟ ਕਰਦੇ ਹਾਂ ਜੀ। ਜੇ ਤੁਹਾਡਾ ਇਹ ਤੋਂ ਜ਼ਿਆਦਾ ਗੈਪ ਹੈਗਾ ਤਾਂ ਪਲੀਜ਼ ਤੁਹਾਨੂੰ ਜਿਹੜੇ ਡਾਕੂਮੈਂਟਸ ਆ ਉਹ ਗੈਪ ਜ਼ਰੂਰ ਭਰਨਾ ਪਏਗਾ। ਦੇਖੋ ਜੀ, ਇੱਕ ਤਾਂ ਗੈਪ ਤੁਹਾਡਾ, ਜੇ ਤੁਹਾਡਾ ਗੈਪ ਹੈਗਾ 5-7 ਸਾਲ ਦਾ, ਕਿਉਂਕਿ ਪੜ੍ਹਾਈ ਤੋਂ ਬਾਅਦ ਅਕਸਰ, ਕਿਉਂਕਿ ਪਹਿਲੇ ਫੀਸਾਂ ਬਹੁਤ ਮਹਿੰਗੀਆਂ ਸੀ, ਇਹੋ ਜਿਹੇ ਔਫਰ ਨਹੀਂ ਸੀ ਆਉਂਦੇ, ਲੋਕੀ ਡਰਦੇ ਸੀ ਏਜੰਟ ਕੋਈ ਠੱਗੀ ਨਾ ਕਰ ਜਾਵੇ, ਕੁਛ ਨਾ ਕਰ ਜਾਵੇ, ਬਟ ਇਹੋ ਜਿਹੀ ਜਿਹੜੀਆਂ ਕੰਪਨੀਆਂ ਵੀਜ਼ਾ ਮਸ਼ੀਨ ਦੇ ਨਾਮ ਤੋਂ ਜਾਣਨ ਲੱਗ ਪਏ, ਆਪਾਂ ਇਹਨਾਂ ਨੇ ਸਬੂਤ ਵੀ ਦਿਖਾਏ ਨੇ। ਦੂਸਰੀ ਗੱਲ ਹੈ ਮੈਂ ਪੁੱਛਣੀ ਚਾਹਾਂਗਾ ਜੀ ਕਿ ਜਿਹੜੇ ਤੁਸੀਂ 0 ਕੋਸਟ ਤਾਂ ਕਹਿ ਦਿੱਤੀ, ਇੱਕ ਗੈਪ ਵਾਲੀ ਗੱਲ ਵੀ ਹੋ ਗਈ, ਹੁਣ ਰਿਫਿਊਜ਼ਲ ਵਾਲੀ ਗੱਲ 'ਤੇ ਆਈਏ, ਕਿਉਂਕਿ ਬਹੁਤ ਇਹੋ ਜਿਹੇ ਸਟੂਡੈਂਟ ਹੈਗੇ ਨੇ ਪੰਜਾਬ ਦੇ ਵਿੱਚ, ਕਈਆਂ, ਚਲੋ ਮਾਫ਼ ਕਰਨਾ ਤੁਸੀਂ ਇਹ ਗੱਲ ਭਾਵੇਂ ਨਾ, ਕਈਆਂ ਏਜੰਟਾਂ ਦੀ ਲਾਪਰਵਾਹੀਆਂ ਦੇ ਨਾਲ ਉਹਨਾਂ ਦੀ ਰਿਫਿਊਜ਼ਲਾਂ ਆ ਗਈਆਂ, ਉਹਨਾਂ ਦਾ ਫਿਊਚਰ ਬ੍ਰਾਈਟ ਕਰਨ ਵਾਸਤੇ ਤੁਹਾਡੇ ਕੋਲ ਕੁਛ ਹੈਗਾ ਜੀ? ਮੈਂ ਜੀ ਜਿਹੜੇ ਸਟੂਡੈਂਟਸ ਦੇ ਵੀਜ਼ਾ ਰਿਫਿਊਜ਼ ਹੋਏ ਹੋਏ ਆ, ਮੈਂ ਉਹਨਾਂ ਅੱਗੇ ਇੱਕੋ ਰਿਕੁਐਸਟ ਇਹ ਕਰੂੰਗਾ ਕਿ ਚਾਹੇ ਉਹਨਾਂ ਦੀਆਂ 10 ਰਿਫਿਊਜ਼ਲਾਂ ਚਾਹੇ 15 ਰਿਫਿਊਜ਼ਲਾਂ, ਮੈਂ ਵੀਜ਼ਾ ਉਹਨਾਂ ਦਾ ਤਾਂ ਹੀ ਲੈ ਦੇਣਾ, ਬਟ ਤੁਹਾਡੇ ਕੋਲ ਉਹਨਾਂ ਦੀ ਜਿਹੜੀ ਫਾਈਲਸ ਹੈ, ਐਪਲੀਕੇਸ਼ਨ ਫੋਰਮ ਜ਼ਰੂਰ ਹੋਣੇ ਚਾਹੀਦੇ ਆ, ਕਿਉਂਕਿ ਜਦੋਂ ਤੱਕ ਅਸੀਂ ਉਹ ਐਪਲੀਕੇਸ਼ਨ ਫੋਰਮ ਅਸੀਂ ਸਟੱਡੀ ਨਹੀਂ ਕਰਦੇ, ਉਦੋਂ ਤੱਕ ਅਸੀਂ ਅੱਗੇ ਤੁਹਾਡੀ ਜਿਹੜੀ ਫਾਈਲ ਐਪਲੀਕੇਸ਼ਨ ਪ੍ਰੋਸੀਡ ਨਹੀਂ ਕਰ ਸਕਦੇ। ਸੋ ਫਰੈਂਡਸ, ਜਿਨ੍ਹਾਂ ਦੀ ਵੀ ਤੁਹਾਡੀ ਰਿਫਿਊਜ਼ਲ ਆਈ ਹੋਈ ਹੈ, ਟੈਨਸ਼ਨ ਲੈਣ ਦੀ ਲੋੜ ਨਹੀਂ, ਤੁਸੀਂ ਕਿਸੇ ਵੀ ਏਜੰਟ, ਪੁਰਾਣੇ ਏਜੰਟ ਤੋਂ ਜਿੱਥੋਂ ਫਾਈਲ ਲਵਾਈ ਹੈ, ਤੁਸੀਂ ਐਪਲੀਕੇਸ਼ਨ ਫੋਰਮ ਜ਼ਰੂਰ ਲੈ ਕੇ ਆਓ, ਕਿਉਂਕਿ ਬਹੁਤ ਸਾਰੇ ਏਜੰਟ ਜਿਹੜੇ ਐਪਲੀਕੇਸ਼ਨ ਫੋਰਮ ਗਲਤ ਭਰ ਦਿੰਦੇ ਆ ਅਤੇ ਬੱਚਿਆਂ ਦੀ ਜਿਹੜੀ ਲਾਈਫ ਆ ਉਹਦੇ ਨਾਲ ਖਿਲਵਾੜ ਕਰਦੇ ਆ, ਈਵਨ ਉਹਨਾਂ ਨੂੰ ਬੈਨ ਵੀ ਕਰਾ ਦਿੰਦੇ ਆ। ਸੋ ਮੇਰੀ ਇਹੀ ਰਿਕੁਐਸਟ ਹੈ, ਜੇ ਵੀ ਕੋਈ ਰਿਫਿਊਜ਼ਲ ਵਾਲਾ ਬੱਚਾ ਸਾਡੇ ਕੋਲ ਆਉਣਾ ਚਾਹੁੰਦਾ, ਸਾਨੂੰ ਮਿਲਣਾ ਚਾਹੁੰਦਾ, ਤਾਂ ਐਪਲੀਕੇਸ਼ਨ ਫੋਰਮ ਆਪਦੇ ਜ਼ਰੂਰ ਅਰੇਂਜ ਕਰਕੇ ਆ। ਅੱਛਾ, ਇੱਕ ਹੋਰ ਗੱਲ, ਇਸ ਇੰਟਰਵਿਊ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਰੂਟੀਨ 'ਚ ਗੱਲ ਕਰਦਾ ਪਿਆ ਸੀ, ਇੱਕ ਗੱਲ ਹੋਈ ਸੀ ਬੈਨ ਨੂੰ ਲੈ ਕੇ ਕਿ ਇਹ ਕਹਿੰਦੇ ਨੇ ਕਿਉਂਕਿ ਬੈਨ ਅੰਬੈਸੀ ਲਾਉਂਦੀ ਹੈ, ਪਰ ਜੇ ਬੈਨ ਤਾਂ ਲੱਗਾ ਤੁਹਾਡੀ ਕੋਈ ਗਲਤੀ ਵਿੱਚ ਨਹੀਂ ਹੈਗੀ,
ਤੇ ਉਹਦਾ ਜੈਨੂਨ ਆਲਸ ਕੀਤੀ ਵੀ ਸੀ ਉਹਨੇ ਤੇ ਉਹਦਾ ਬੈਨ ਲੱਗ ਗਿਆ ਤੇ ਮੈਂ ਉਹਦਾ ਬੈਨ 5 ਦਿਨਾਂ ਦੇ ਵਿੱਚ ਮੈਂ ਰਿਮੂਵ ਕਰਵਾ ਕੇ ਦਿੱਤਾ ਬੈਨ। ਉਹ ਇੱਕ ਰੀਜ਼ਨ ਹੁੰਦਾ ਕਿ ਤੁਹਾਡਾ ਬੈਨ ਕਿਸ ਕਰਕੇ ਲੱਗਿਆ। ਕਈ ਵਾਰੀ ਬੈਨ ਤੁਹਾਡੇ ਏਜੰਟ ਦੀ ਗਲਤੀ ਕਰਕੇ ਵੀ ਲੱਗਿਆ ਹੁੰਦਾ। ਜੇ ਭਾਵੇਂ ਤੁਹਾਡਾ ਬੈਨ ਏਜੰਟ ਦੀ ਗਲਤੀ ਕਰਕੇ ਵੀ ਲੱਗਿਆ ਹੋਵੇ ਮੈਂ ਤਾਂ ਵੀ ਉਹ ਬੈਨ ਤੁਹਾਡਾ ਰਿਮੂਵ ਕਰਵਾ ਕੇ ਦੇਵਾਂਗਾ, ਮੈਂ ਵੀ ਸ਼ਿਓਰ ਕਰਦਾ। ਬਟ ਮੈਨੂੰ ਉਹੀ ਗੱਲ ਫਿਰ ਆ ਜਾਂਦੀ ਹੈ, ਮੈਨੂੰ ਤੁਹਾਡੇ ਐਪਲੀਕੇਸ਼ਨ ਫਾਰਮ 'ਤੇ ਰਿਫਿਊਜ਼ਲ ਲੈਟਰ ਜ਼ਰੂਰ ਚਾਹੀਦਾ ਹੋਵੇ। ਤੋ ਇਹਨਾਂ ਦੀ ਗੱਲਾਂ ਤੋਂ ਇੱਕ ਹੋਰ ਜਾਣਕਾਰੀ ਨਿਕਲ ਕੇ ਸਾਹਮਣੇ ਆਈ, ਜੇਕਰ ਤੁਸੀਂ ਕਿਸੇ ਹੋਰ ਏਜੰਟ ਕੋਲ ਵੀ ਵੀਜ਼ਾ ਅਪਲਾਈ ਕਰਦੇ ਹੋ ਜਾਂ ਕਰ ਚੁੱਕੇ ਹੋ ਜਾਂ ਫਿਊਚਰ 'ਚ ਵੀ ਕਰਨਾ, ਕੱਲ੍ਹ ਨੂੰ ਵੀਜ਼ਾ ਰਿਫਿਊਜ਼ ਹੋ ਜਾਂਦਾ ਤਾਂ ਆਪਣੀ ਤੁਹਾਡੇ ਕੋਲ ਫਾਈਲ ਅਤੇ ਉਹਦਾ ਨੰਬਰ ਜਿਹੜਾ ਜਾਂ ਰਿਫਿਊਜ਼ਲ ਲੈਟਰ ਜ਼ਰੂਰ ਹੋਣੀ ਚਾਹੀਦੀ ਹੈ। ਨਹੀਂ ਤਾਂ ਪਤਾ ਨਹੀਂ ਚੱਲਦਾ ਕਿ ਤੁਹਾਡੀ ਫਾਈਲ ਦੇ ਵਿੱਚ ਕੀ ਕੁਛ ਹੋਇਆ, ਕਿਉਂਕਿ ਤੁਹਾਡਾ ਜਿਹੜਾ ਵੀਜ਼ਾ ਤੁਹਾਡੇ ਆਪਣੇ ਡਾਕੂਮੈਂਟ ਦੇ ਵਿੱਚ ਲੁਕਿਆ ਹੋਇਆ ਵੈ। ਤੁਹਾਡੇ ਆਪਣੇ ਡਾਕੂਮੈਂਟ ਹੀ ਤੁਹਾਨੂੰ ਵੀਜ਼ਾ ਦਵਾਉਂਦੇ ਨੇ, ਜੇ ਕੋਈ ਏਜੰਟ ਉਹਦੇ ਨਾਲ ਛੇੜਖਾਨੀ ਕਰਕੇ ਕੁਛ ਪੁੱਠਾ ਸਿੱਧਾ ਕੰਮ ਕਰਦਾ, ਸੋ ਤਾਂ ਹੀ ਤੁਹਾਡਾ ਵੀਜ਼ਾ ਰਿਫਿਊਜ਼ ਹੁੰਦਾ। ਸੋ ਇਹ ਮੈਂ ਗੱਲ ਸਹੀ ਕਹਿ ਰਿਹਾ ਜੀ ਆਪਣੇ ਤਜੁਰ, ਕਿਉਂਕਿ ਹੁਣ ਥੋੜ੍ਹਾ ਬਹੁਤਾ ਤਜੁਰਬਾ ਮੈਨੂੰ ਵੀ ਇਹਨਾਂ ਗੱਲਾਂ ਦਾ ਹੋ ਗਿਆ, ਕੋਈ ਕਈ ਇਮੀਗ੍ਰੇਸ਼ਨ ਜਿਹੜੇ ਐਕਸਪਰਟ ਹੈਗੇ ਉਹਨਾਂ ਨੂੰ ਮਿਲੀਦਾ ਇਸ ਗੱਲ ਬਾਰੇ। ਸਾਡੀ ਇੱਕ ਜਿਹੜੀ ਦੀ ਟਰੈਕਰਸ ਟੀਮ ਦੀ ਖਾਸੀਅਤ ਇਹ ਵੀ ਹੈ ਕਿ ਜਿਹੜੇ ਡਾਕੂਮੈਂਟ ਤੋਂ ਸਾਨੂੰ ਦੇ ਕੇ ਆਉਂਦੇ ਹਾਂ ਅਸੀਂ ਅੰਬੈਸੀ ਦੇ ਵਿੱਚ ਉਹੀ ਫੋਟੋਨ ਕਰਦੇ ਹਾਂ, ਕਿਉਂਕਿ ਮੇਨ ਰੀਜ਼ਨ ਹੁੰਦਾ ਜਦੋਂ ਅਸੀਂ ਤੁਹਾਡੇ ਡਾਕੂਮੈਂਟਸ ਨਾਲ ਕੋਈ ਮੈਨੂਪਲੇਸ਼ਨ ਕਰਦੇ ਹਾਂ, ਕੋਈ ਐਡੀਟਿੰਗ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਉਹ ਫੜੀ ਜਾਂਦੀ ਹੈ। ਸੋ ਸਾਡਾ ਰੂਲ ਹੈ ਸ਼ੁਰੂ ਤੋਂ ਫਰੋਮ ਦਾ ਵੈਰੀ ਫਸਟ ਡੇ, ਅਸੀਂ ਜਿਹੜੇ ਡਾਕੂਮੈਂਟ ਤੁਸੀਂ ਸਾਨੂੰ ਦੇ ਕੇ ਜਾਓਗੇ ਅਸੀਂ ਉਹੀ ਡਾਕੂਮੈਂਟ ਅੰਬੈਸੀ ਦੇ ਵਿੱਚ ਲਗਾਉਣੇ ਹਾਂ। ਸੋ ਇਹ ਤੁਸੀਂ ਮੇਕ ਸ਼ੋਰ ਕਰ ਲਿਓ ਕਿ ਕਦੇ ਤੁਸੀਂ ਤਾਂ ਨਹੀਂ ਸਾਨੂੰ ਗਲਤ ਡਾਕੂਮੈਂਟ ਦੇ ਰਹੇ। ਜੇ ਤੁਸੀਂ ਡਾਕੂਮੈਂਟ ਸਹੀ ਦੇ ਦੋਗੇ, ਹਾਂ ਇਹ ਹੋ ਸਕਦਾ ਪੋਸੀਬਲ ਹੈ ਕਿ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਵੇ, ਬਟ ਇਹ ਸ਼ੋਰ ਜ਼ਰੂਰ ਹੈ ਕਿ ਤੁਹਾਨੂੰ ਬੈਨ ਨਹੀਂ ਲੱਗੇਗਾ। ਬਟ ਜਦੋਂ ਤੁਸੀਂ ਇਹ ਡਾਕੂਮੈਂਟ ਨਾਲ ਕੋਈ ਹਰਕਤ ਕਰਦੇ ਹੋ ਜਾਂ ਕੋਈ ਕੁਛ ਵੀ ਕਿਸੇ ਵੀ ਤਰ੍ਹਾਂ ਦੇ ਮੈਨੂਪਲੇਸ਼ਨ ਕਰਦੇ ਹੋ ਤਾਂ ਬੈਨ ਜਿਹੜਾ ਲੱਗਣਾ ਉਹ ਸੰਭਾਵਿਕ ਹੈ। ਸੋ ਇੱਕ ਗੱਲ ਹੋਰ ਹੈ ਜੀ ਕਿ ਇਹਨਾਂ ਨੇ ਔਫਰ ਦੇ ਦਿੱਤੀ। ਆਮ ਤੌਰ ਦੇ ਉੱਤੇ ਆਪਾਂ ਬਹੁਤ ਐਡ ਦੇਖਦੇ, ਸਭ ਕੁਝ ਦੇਖਦੇ ਹਾਂ, ਬਹੁਤ ਲੋਕ ਨੇ ਜੀ ਪੰਜਾਬ ਦੇ ਵਿੱਚ, ਕੋਈ ਨਵੀਂ ਗੱਲ ਨਹੀਂ ਹੈ ਕਿ ਪੈਸੇ ਵੀਜ਼ਾ ਤੋਂ ਬਾਅਦ ਮਾਫ਼ ਕਰਨਾ, ਮੈਂ ਤੁਹਾਡੀ ਔਫਰ 'ਤੇ ਸਵਾਲ ਨਹੀਂ ਚੱਕ ਰਿਹਾ, ਪਰ ਮੈਂ ਉਹਨੂੰ ਕਲੀਅਰ ਕਰ ਰਿਹਾ। ਪਰ ਫਿਰ ਵੀ ਇਹਦੇ 'ਚ ਸੋਨੇ 'ਤੇ ਸੁਹਾਗਾ ਹੈਗਾ, ਤੁਹਾਨੂੰ ਔਫਰ ਮਿਲੇਗੀ ਜੇ ਕਿਤੇ ਤੁਹਾਡੇ 6 ਬੈਂਡ ਨੇ ਅਤੇ ਸਾਡੇ ਕੋਲ ਆਓ ਅਤੇ ਸਾਰੇ ਪੈਸੇ ਵੀਜ਼ੇ ਤੋਂ ਬਾਅਦ। ਕੋਈ ਬੰਦਾ ਤੁਹਾਨੂੰ ਇਹ ਔਫਰ ਨਹੀਂ ਦੇਗਾ ਕਿ ਜੇ ਕਿਤੇ ਤੁਹਾਡਾ ਵੀਜ਼ਾ ਰਿਫਿਊਜ਼ ਹੈ ਤਾਂ ਵੀ ਸਾਰੇ ਪੈਸੇ ਵੀਜ਼ੇ ਤੋਂ ਬਾਅਦ। ਦੇਖੋ ਜੀ ਰਿਫਿਊਜ਼ਲ ਕੇਸ ਦੇ ਵੀ ਪੈਸੇ ਵੀਜ਼ੇ ਤੋਂ ਬਾਅਦ ਨੇ। ਬਿਲਕੁਲ ਜੀ, ਜਿਹੜੀ ਰਿਫਿਊਜ਼ਲ ਕੇਸ ਹੈ ਭਾਵੇਂ ਵਿਦਆਊਟ ਆਇਲਸ ਹੈ, ਸਾਰੇ ਪੈਸੇ ਅਸੀਂ ਆਫਟਰ ਵੀਜ਼ਾ ਲੈਂਦੇ ਹਾਂ। ਈਵਨ ਤੱਕ ਤੁਹਾਡੀ ਮੈਡੀਕਲ ਫੀਸ ਹੈ, ਕੋਰੀਅਰ ਚਾਰਜਿਸ ਹੈ, ਤੁਹਾਡੀ ਅੰਬੈਸੀ ਫੀਸ, ਉਹ ਵੀ ਅਸੀਂ ਆਪਦੀ ਪੋਕਟ 'ਚੋਂ ਪੇ ਕਰਾਂਗੇ। ਲਓ ਜੀ ਸੁਣ ਲਓ ਜੀ, ਰਿਫਿਊਜ਼ਲ ਵਾਲਿਆਂ ਨੂੰ ਵੀ ਇਹ ਫੈਸਿਲਿਟੀ ਹੈ, ਜੇ ਆਇਲਸ ਨਹੀਂ ਕੀਤੀ ਜਾਂ ਆਇਲਸ ਸਕੋਰ ਤੁਹਾਡਾ ਘੱਟ ਹੈ ਤਾਂ ਵੀ ਤੁਹਾਨੂੰ ਇਹ ਫੈਸਿਲਿਟੀ ਹੈ। ਸੋ ਇਹਦੇ ਨਾਲ ਆਪਾਂ ਇੱਕ ਅੰਦਾਜ਼ਾ ਲਾ ਸਕਦੇ ਹਾਂ ਜੀ। ਹੁਣ ਮੈਨੂੰ ਪਤਾ ਲੱਗ ਗਿਆ ਵੀਜ਼ਾ ਮਸ਼ੀਨ ਕਿਉਂ ਨੇ, ਇਹ 300 ਫਾਈਲਾਂ ਕਿ ਮੈਨੂੰ ਲੱਗਦਾ ਕਿ ਜੇ ਇਹਨਾਂ ਦੀ ਔਫਰ ਹੋ 2-4 ਦਿਨ ਚੱਲ ਗਈ ਤਾਂ ਮੈਨੂੰ ਲੱਗਦਾ ਇਹਨਾਂ ਨੇ ਅੱਧਾ ਪੰਜਾਬ ਬਾਹਰ ਤੋੜ ਦੇਣਾ ਵਾ। ਸੋ ਫਿਲਹਾਲ ਮੈਂ ਜਾਂਦੇ ਹੋਏ ਇੱਕ ਗੱਲ ਇਹਨਾਂ ਨੂੰ ਜ਼ਰੂਰ ਇੱਕ ਪੁੱਛਾਂਗਾ ਜੀ, ਕਿਉਂਕਿ ਪੰਜਾਬ ਮਲੇਰਕੋਟਲਾ ਇੱਕ ਜਿਹੜਾ ਛੋਟਾ ਜਿਹਾ ਕਸਬਾ ਵਾ, ਸੋ ਔਨਲਾਈਨ ਵੀ ਕੋਈ ਫੈਸਿਲਿਟੀ ਹੈਗੀ ਹੈ ਜਾਂ ਤੁਹਾਡੇ ਨਾਲ ਕੋਈ ਫੋਨ ਦੇ ਉੱਤੇ ਕੰਟੈਕਟ ਕਰਕੇ ਜਾਂ ਕਿਸ ਤਰੀਕੇ ਦੇ ਨਾਲ ਆਪਾਂ ਗਾਹਕ ਨੂੰ ਅਕੋਮੋਡੇਟ ਕਰ ਸਕਦੇ? ਮੇਰੇ ਕੋਲ ਜੀ 10 ਤੋਂ ਉੱਪਰ ਸਟੇਟਸ ਦੇ ਕੇਸ ਚੱਲ ਰਹੇ ਹੈ। ਸੋ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਟਰੈਂਡ ਹੀ ਔਨਲਾਈਨ ਦਾ ਜੀ, ਤੁਸੀਂ ਕਿਸੇ ਵੀ ਕਿਤੇ ਵੀ ਖੁੰਜੇ 'ਚ ਬੈਠੇ ਹੋ ਤੁਸੀਂ ਸਾਡੇ ਨਾਲ ਔਨਲਾਈਨ ਰਾਬਤਾ ਕਰ ਸਕਦੇ ਹੋ, ਜੋ ਸਾਡੀ ਈਮੇਲ ID ਸਕਰੀਨ 'ਤੇ ਦਿੱਤੀ ਹੈ। ਤੁਸੀਂ ਆਪਦੇ ਡਾਕੂਮੈਂਟਸ ਈਮੇਲ ਥਰੂ ਭੇਜ ਸਕਦੇ ਹੋ, ਸਾਨੂੰ ਵਟਸਐਪ ਕਰ ਸਕਦੇ ਹੋ ਡਾਕੂਮੈਂਟ। ਜਦੋਂ ਅਸੀਂ ਤੁਹਾਡਾ ਕੇਸ ਅਸੈਸ ਕਰਾਂਗੇ ਸਾਨੂੰ ਪਤਾ ਚੱਲ ਜਾਏਗਾ ਤੁਹਾਡੀ ਐਲੀਜੀਬਿਲਟੀ ਬਣਦੀ ਹੈ। ਸੋ ਅਸੀਂ ਉਸ ਤੋਂ ਬਾਅਦ ਤੁਹਾਡੇ ਨਾਲ ਤੁਸੀਂ ਸਾਡੇ ਕੋਲ ਵਿਜ਼ਿਟ ਵੀ ਕਰ ਸਕਦੇ ਹੋ ਜੇ ਤੁਸੀਂ ਇੱਕ ਵਾਰ ਵਿਜ਼ਿਟ ਕਰਨਾ। ਅਦਰਵਾਈਜ਼ ਜੇ ਤੁਸੀਂ ਵਿਜ਼ਿਟ ਨਹੀਂ ਕਰਨਾ ਤਾਂ ਅਸੀਂ ਤੁਹਾਨੂੰ ਜਦੋਂ ਵੀਜ਼ਾ ਆਏਗਾ ਉਦੋਂ ਅਸੀਂ ਜ਼ਰੂਰ ਤੁਹਾਨੂੰ ਬੁਲਾਵਾਂਗੇ, ਕਿਉਂਕਿ ਤੁਹਾਡੇ ਤੋਂ ਮਿਠਾਈ ਦਾ ਡੱਬਾ ਵੀ ਲੈਣਾ ਅਤੇ ਫੋਟੋ ਵੀ ਖਿਚਵਾਵਾਂਗੇ ਤੁਹਾਡੇ ਨਾਲ। ਸੋ ਤੁਸੀਂ ਕਿਤੇ ਵੀ ਬੈਠੇ ਹੋ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਬਟ ਮੈਂ ਇਹ ਜ਼ਰੂਰ ਕਹੂੰਗਾ ਜੇ ਤੁਸੀਂ  100-200 ਕਿਲੋਮੀਟਰ ਦੇ ਏਰੀਏ 'ਚ ਹੈਗੇ ਹੋ ਤਾਂ ਇੱਕ ਵਾਰ ਸਾਡੇ ਔਫਿਸ ਜ਼ਰੂਰ ਵਿਜ਼ਿਟ ਕਰੋ, ਕਿਉਂਕਿ ਜਦੋਂ ਤੱਕ ਤੁਸੀਂ ਇੱਕ ਫੇਸ ਟੂ ਫੇਸ ਸਾਡੇ ਨਾਲ ਰਾਬਤਾ ਨਹੀਂ ਕਰਦੇ, ਸਾਡੀ ਕਾਉਂਸਲਿੰਗ ਨਹੀਂ ਲੈਂਦੇ, ਇੱਕ ਤੁਹਾਡਾ ਅਤੇ ਸਾਡਾ ਟਰੱਸਟ ਨਹੀਂ ਬਣਦਾ, ਕਿਉਂਕਿ ਅਸੀਂ ਵੀ ਤੁਹਾਡੇ ਨਾਲ ਕਿਤੇ ਨਾ ਕਿਤੇ ਉਧਾਰ ਕਰਨਾ ਹੈ ਨਾ। ਅਸੀਂ 5 ਲੱਖ 10 ਲੱਖ ਤੁਹਾਡੇ ਨਾਲ ਵੀ ਅਸੀਂ ਉਧਾਰ ਕਰਨਾ, ਕਿਸੇ ਗੱਲ 'ਤੇ ਅਸੀਂ ਤੁਹਾਡਾ ਉਧਾਰ ਕਰਾਂਗੇ ਜਦੋਂ ਤੱਕ ਆਪਾਂ ਮਿਲ ਕੇ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ, ਇੱਕ ਦੂਜੇ ਨੂੰ ਜਾਣਦੇ ਨਹੀਂ। ਕਿਉਂਕਿ ਜੇ ਬੈਂਕ ਵਾਲੇ ਵੀ ਤੁਹਾਨੂੰ ਲੋਨ ਦਿੰਦੇ ਆ 10 ਲੱਖ ਰੁਪਏ ਦਾ, ਤਾਂ 20-30 ਲੱਖ ਰੁਪਏ ਦੀ ਤੁਹਾਡੇ ਤੋਂ ਸਿਕਿਉਰਟੀ ਲੈ ਲੈਂਦੇ ਆ, ਤੁਹਾਡੀ ਜ਼ਮੀਨ ਦੇ ਡਾਕੂਮੈਂਟਸ ਲੈ ਲੈਂਦੇ, ਬਟ ਅਸੀਂ ਇੱਥੇ ਕੁਛ ਨਹੀਂ ਲੈ ਰਹੇ। ਸੋ ਮੈਂ ਇਸ ਲਈ ਇਹ ਕਹਿਣਾ ਜ਼ਰੂਰ ਚਾਹੂੰਗਾ ਕਿ ਜੇ ਤੁਹਾਨੂੰ ਇੱਕ ਪ੍ਰੋਪਰ ਗਾਈਡੈਂਸ ਚਾਹੀਦੀ ਹੈ ਤਾਂ ਬੈਟਰ ਹੈ ਕਿ ਜੇ ਤੁਸੀਂ ਸਾਡੇ ਕੋਲੋਂ ਇੱਕ ਵਾਰੀ ਵਿਜ਼ਿਟ ਕਰ ਲਓ। ਹਾਂ, ਇਹ ਮੈਂ ਦਾਅਵਾ ਜ਼ਰੂਰ ਕਰਦਾ, ਮੈਂ ਜ਼ਰੂਰ ਸ਼ੋਰ ਕਰਦਾ ਕਿ ਤੁਹਾਨੂੰ ਇੱਕ ਵਾਰ ਤੋਂ ਸੈਕਿੰਡ ਟਾਈਮ ਸਾਡੇ ਆਫਿਸ ਆਉਣ ਦੀ ਜ਼ਰੂਰਤ ਨਹੀਂ ਪਏਗੀ। ਹਾਂ, ਪੈ ਸਕਦੀ ਹੈ ਜ਼ਰੂਰਤ ਜਦੋਂ ਤੁਹਾਡਾ ਵੀਜ਼ਾ ਆ ਗਿਆ। ਚਲੋ ਜੀ, ਆਮ ਤੌਰ ਦੇ ਉੱਤੇ ਜਦੋਂ ਮੈਂ ਇੰਟਰਵਿਊ ਖਤਮ ਕਰਦਾ ਮੈਂ ਇੱਕ ਗੱਲ ਕਹਿੰਦਾ ਹੁੰਦਾ ਕਿ ਸੋਚ ਸਮਝ ਕੇ ਆਪਣਾ ਫੈਸਲਾ ਲਈਓ, ਕਿ ਕਿਉਂਕਿ ਤੁਹਾਡੇ ਮਾਂ ਪਿਓ ਦੀ ਜਿਹੜੀ
जे कुछ लै नहीं रहे तो कमाई उजड़न की तो पॉसीबिलिटी नहीं हैगी, पर फिर भी तुम जांच परखो इन्हों के फेसबुक पेज के उत्ते इन्हों आओ इन्हों के नाल राबता कायम करो। जे थोड़ी तसली कराते हैं तो हो सकता जे 15-16 वीजे इन्होंने एक दिन के दिखाए ने उस अगला नाम तुहाडा होवे। फिलहाल मैं निखिल शर्मा इजाजत लैंदा, फिर हाजिर होवांगे तुहाडे कोल वीजा की प्रोग्राम के विच, ते नाल ही तुहानू दवांगे नवे नवे अपडेट। तो जे इन्हों के कोल तुसीं संपर्क करना चाहते हो तो थले स्क्रीन के उत्ते नंबर लिखा होया होगा वो उत्ते कॉल करना। फिलहाल मैं तुहाडे कोल इजाजत लैंदा।